ਚੜ੍ਹਦੀ ਕਲਾ ਟਾਈਮ ਟੀਵੀ ਦੇਖਣ ਵਾਲੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਜਾ ਰਹੇ ਡਾਕਟਰ ਪਰਮਜੀਤ ਸਿੰਘ ਰਾਣੂ ਜੀ, ਜਿਹੜੇ ਕਿ ਇੱਕ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਹਨ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਇੱਕ ਡਾਕਟਰ ਹੋਣ ਤੋਂ ਬਾਅਦ ਵੀ ਇਸ ਰਾਜਨੀਤਿਕ ਖੇਤਰ ਦੇ ਵਿੱਚ ਉਤਰੇ ਹਨ। ਡਾਕਟਰ ਸਾਹਿਬ, ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਡਾਕਟਰ ਸਾਹਿਬ, ਦੱਸੋ ਜ਼ਰਾ, ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋ ਜ਼ਰਾ। ਮੈਂ ਡਾਕਟਰ ਪਰਮਜੀਤ ਸਿੰਘ ਰਾਣੂ, ਮੈਂ ਸਹਿਜ ਧਰੀ ਸਿੱਖ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਹੈ ਔਰ ਮੈਂ ਬੜੀ ਲੰਬੀ ਲੜਾਈ ਲੜੀ ਹੈ ਸਹਿਜ ਧਰੀ ਸਿੱਖਾਂ ਦੇ ਹੱਕਾਂ ਦੇ ਖਾਤਰ ਸ਼੍ਰੋਮਣੀ ਕਮੇਟੀ ਦੇ ਨਾਲ। ਅੱਜ ਵੀ ਮਾਮਲਾ ਅਦਾਲਤ ਵਿੱਚ ਪੈਂਡਿੰਗ ਹੈ। ਮੈਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਤੌਰ 'ਤੇ ਇਸ ਇਲੈਕਸ਼ਨ ਦੇ ਵਿੱਚ ਆਇਆ ਹਾਂ, ਜਿਹਦੇ ਵਿੱਚ ਮੈਂ ਮਹਿਸੂਸ ਕੀਤਾ ਹੈ ਕਿ ਜਿਹੜੀ ਸਿੰਥੈਟਿਕ ਡਰੱਗਸ ਨੇ ਉਹਨਾਂ ਦੇ ਨਾਲ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ। ਬੁਪਰੀਨੋਰਫਿਨ ਵਰਗੀਆਂ ਦਵਾਈਆਂ ਦੇ ਨਾਲ ਨੌਜਵਾਨ ਜਿਹੜੇ ਉਹਨਾਂ ਦੀ ਜਵਾਨੀ ਖਤਮ ਹੋ ਰਹੀ ਹੈ ਔਰ ਉਹਨਾਂ ਨੂੰ ਰੋਕਣ ਦੀ ਖਾਤਰ ਜਿਹੜੀਆਂ ਰਵਾਇਤੀ ਫਸਲਾਂ ਨੇ, ਰਵਾਇਤੀ ਹਰਬਲ ਡਰੱਗਸ ਨੇ ਜਿੱਦਾਂ ਖਸਖਸ ਦੀ ਖੇਤੀ, ਅਫੀਮ ਜਿਸ ਤਰ੍ਹਾਂ ਲੀਗਲ ਹੈ ਰਾਜਸਥਾਨ ਔਰ ਮੱਧ ਪ੍ਰਦੇਸ਼ ਦੇ ਵਿੱਚ, ਕਿ ਪੰਜਾਬ ਦੇ ਵਿੱਚ ਉਹ ਖੇਤੀ ਕਿਉਂ ਨਹੀਂ ਲੀਗਲਾਈਜ਼ ਕੀਤੀ ਜਾਂਦੀ। ਇਹਦੇ ਲਈ ਮੈਂ NDPS ਐਕਟ ਦੇ ਵਿੱਚ ਸੰਸ਼ੋਧਨ ਲਿਆਉਣ ਦੀ ਖਾਤਰ ਵੀ ਇੱਕ ਮੁੱਦਾ ਲੈ ਕੇ ਚੱਲਿਆ ਕਿ ਪਾਰਲੀਮੈਂਟ ਦੇ ਵਿੱਚ ਇਹਦੇ 'ਚ ਅਮੈਂਡਮੈਂਟ ਕਰਾਵਾਂਗੇ। ਜਿਹੜੇ ਵਿਚਾਰੇ ਗਰੀਬ ਛੋਟੇ ਛੋਟੇ ਨਸ਼ੇ ਦੀਆਂ ਚੀਜ਼ਾਂ ਦੇ ਉੱਪਰ ਉਹਨਾਂ ਨੂੰ ਦਵਾਈਆਂ ਦਾ ਮੁਕੱਦਮੇ ਪਾ ਕੇ NDPS ਐਕਟ ਲਾ ਕੇ ਉਹਨਾਂ ਨੂੰ ਅੰਦਰ ਸੁੱਟਿਆ ਹੋਇਆ, ਉਹਨਾਂ ਨੂੰ ਬਾਹਰ ਕਢਾਵਾਂਗੇ। ਬਾਕੀ ਹੋਰ ਸਥਾਨਕ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਨਇੰਪਲੋਇਮੈਂਟ ਹੈ, ਮੇਨ ਮੇਰਾ ਮੁੱਦਾ ਜਿਹੜਾ ਹੋਗਾ ਸਿਹਤ ਦਾ ਔਰ ਸਿਹਤ ਦੇ ਮੁੱਦੇ ਨੂੰ ਲੈ ਕੇ ਮੈਂ ਚੱਲਿਆ ਕਿ ਆਪਾਂ ਨੂੰ ਪਤਾ ਹੈ ਕਿ ਹਰ ਚੌਥੀ ਲੇਡੀ ਦੀ ਬੱਚੇ ਦਾ ਨਿਕੱਢੀ ਹੋਈ ਹੈ ਕੈਂਸਰ ਦੇ ਨਾਲ। ਮਾਹੌਲ ਜਿਹੜਾ ਹੈ ਹੋਸਪਿਟਲਸ ਦਾ ਬਹੁਤ ਬੁਰਾ ਹਾਲ ਹੈ, ਸਰਕਾਰੀ ਸਹੂਲਤਾਂ ਦਾ ਬਹੁਤ ਬੁਰਾ ਹਾਲ ਹੈ। ਸੋ ਮੈਂ ਚਾਹੁੰਦਾ ਕਿ ਜਿਹੜੀ ਸਾਡੀ ਸਿਹਤ ਸੇਵਾਵਾਂ ਨੇ ਇਹ ਸਿਕਿਉਰਡ ਹੋਣ ਔਰ ਜਿਹੜਾ ਹੈ ਵਧੀਆ ਤਰੀਕੇ ਨਾਲ ਮੋਬਾਈਲ ਡਿਸਪੈਂਸਰੀਜ਼ ਬਣਾਵਾਂ MP ਲੈਡ ਫੰਡਸ ਦੇ ਵਿੱਚੋਂ, ਜਿਹੜੀਆਂ ਤੁਹਾਡੇ ਘਰ ਤੱਕ ਜਾ ਕੇ ਤੁਹਾਡੀਆਂ ਸੇਵਾ ਕਰ ਸਕਣ। ਔਰ ਅਨਇੰਪਲੋਇਮੈਂਟ ਜਿਹੜੀ ਹੈ ਉਹ ਮੇਰਾ ਮੁੱਖ ਮੁੱਦਾ ਹੈਗਾ। ਆਪਾਂ ਦੇਖਦੇ ਹਾਂ ਕਿ ਬੱਚੇ ਡਿਗਰੀਆਂ ਲੈ ਲੈਂਦੇ ਨੇ ਪਰ ਉਹ ਕਾਗਜ਼ ਦਾ ਟੁਕੜਾ ਬਣ ਕੇ ਰਹਿ ਜਾਂਦੀਆਂ ਨੇ। ਮਹਿੰਗੇ ਮਹਿੰਗੇ ਇੰਸਟੀਟਿਊਟਸ ਨੇ ਲੇਕਿਨ ਕੋਈ ਸਵੈ ਰੁਜ਼ਗਾਰ ਦਾ ਕੋਰਸ ਨਹੀਂ ਕੀਤਾ ਜਾਂਦਾ ਜਾਂ ਦਿੱਤਾ ਜਾਂਦਾ। ਸੋ ਬੱਚਿਆਂ ਦੇ ਲਈ ਸਵੈ ਰੁਜ਼ਗਾਰ ਦੇ ਕੋਰਸਿਸ ਜਿਹੜੇ ਨੇ ਉਹ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਮਿਆਰੀ ਵਿੱਦਿਆ ਦੇਣ ਦੀ ਕੋਸ਼ਿਸ਼ ਕਰਾਂ ਜਿਹਦੇ ਨਾਲ ਬੱਚੇ ਐਸੇ ਕਾਰੋਬਾਰੀ ਬਣਨ ਜਿਹੜੇ ਉਹਨਾਂ ਨੂੰ ਸਰਕਾਰਾਂ ਕੋਲ ਨੌਕਰੀਆਂ ਲਈ ਹੱਥ ਨਾ ਟੱਡਣੇ ਪੈਣ। ਇਹ ਵੀ ਇੱਕ ਮੁੱਦਾ ਹੈ। ਹੁਣ ਇਲੈਕਸ਼ਨਸ ਦੇ ਵਿੱਚ ਜਦੋਂ ਮੈਂ ਫੀਲਡ 'ਚ ਘੁੰਮਿਆ ਤਾਂ ਇੱਥੇ ਇੱਕ ਚੀਜ਼, ਦੋ ਚੀਜ਼ਾਂ ਮੇਰੇ ਧਿਆਨ 'ਚ ਲਿਆਉਂਦੀਆਂ ਗਈਆਂ ਜਿਹਦੇ ਵਿੱਚ ਖਾਸ ਕਰਕੇ ਮੁੱਦਾ ਹੈਗਾ ਕਿ ਜਿਹੜੇ ਟਰੱਕ ਡਰਾਈਵਰ ਭਰਾ ਨੇ ਜਾਂ ਆਟੋ ਰਿਕਸ਼ਾ ਵਾਲੇ ਨੇ ਜਾਂ ਟੈਂਪੂ ਟਰੈਵਲ ਵਾਲੇ ਨੇ, ਉਹਨਾਂ ਦੀਆਂ ਗੱਡੀਆਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਤਕਰੀਬਨ 10 ਸਾਲ ਭਰਦੇ ਰਹਿੰਦੇ ਨੇ ਬੈਂਕ ਤੋਂ ਲੋਨ ਲੈ ਕੇ, ਜਦ ਨੂੰ ਗੱਡੀਆਂ ਦੀ ਮਿਆਦ ਮੁੱਕ ਜਾਂਦੀ ਹੈ। ਗ੍ਰੀਨ ਟ੍ਰਿਬਿਊਨਲ ਦੇ ਹਦਾਇਤਾਂ ਦੇ ਕਾਰਨ ਪੋਲਿਊਸ਼ਨ ਦੇ ਕੰਟਰੋਲ ਦੇ ਅੰਡਰ ਆ ਕੇ ਗੱਡੀਆਂ ਜਿਹੜੀਆਂ ਨੇ ਆਪਣੀਆਂ ਮਿਆਦ ਮੁਕਾ ਲੈਂਦੀਆਂ ਨੇ। ਉਸ ਚੀਜ਼ ਦੇ ਲਈ ਮੈਂ ਗ੍ਰੀਨ ਟ੍ਰਿਬਿਊਨਲ ਕੋਲ ਵੀ ਇਹ ਲੜਾਈ ਲੜਾਂਗਾ ਕਿ ਜਿਹੜੀਆਂ ਇਹਦੇ 'ਚ ਪੋਲਿਊਸ਼ਨ ਦੇ ਧਿਆਨ 'ਚ ਰੱਖਦੇ ਹੋਏ ਕੋਈ ਹੱਲ ਕੱਢਿਆ ਜਾਵੇ ਜਿਹਦੇ ਨਾਲ ਗਰੀਬਾਂ 'ਤੇ ਇਹ ਬੋਝ ਨਾ ਪਵੇ। ਜੀ ਜੈਸਾ, ਇੱਕ ਦੂਜੀ ਗੱਲ ਹੋਰ ਦੱਸੋ ਵੀ ਤੁਸੀਂ ਨਿਸ਼ਾਨ ਜਿਹੜਾ ਚੋਣ ਨਿਸ਼ਾਨ ਤੁਹਾਡਾ ਕਿਹੜਾ ਇਸ ਵੇਲੇ ਮਿਲਿਆ ਜਿਹੜਾ? ਚੋਣ ਨਿਸ਼ਾਨ ਮੇਰਾ ਬਾਬੇ ਨਾਨਕ ਨੇ ਮੈਨੂੰ ਦਿੱਤਾ ਹੈਗਾ ਸਟੈਥੋਸਕੋਪ। ਬਾਬੇ ਨਾਨਕ ਦਾ ਇਸ ਕਰਕੇ ਕਹਿਣਾ ਕਿ ਮੈਂ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਰਿਹਾ ਸੀ ਜਦੋਂ ਮੈਨੂੰ DC ਸਾਹਿਬ ਦਾ ਫੋਨ ਆਇਆ ਕਿ ਜੀ ਜਿਹੜੇ ਚੋਣ ਨਿਸ਼ਾਨ ਤੁਸੀਂ ਭਰੇ ਨੇ, ਮੈਂ ਆਟੋ ਟਰੈਕਟਰ 'ਤੇ ਹੱਲ ਭਰਿਆ ਸੀਗਾ, ਉਹ ਕਹਿੰਦੇ ਜੀ ਉਹ ਰਿਜ਼ਰਵ ਹੋ ਗਏ, ਤੁਸੀਂ ਆ ਕੇ ਜਿਹੜੇ ਫ੍ਰੀ ਸਿੰਬਲਸ ਨੇ ਉਹਨਾਂ ਦੀ ਲਿਸਟ ਦੇ ਵਿੱਚੋਂ ਆ ਕੇ ਚੁਣ ਲਓ। ਜਦ ਮੈਂ ਆ ਕੇ ਸਿੰਬਲ ਦੇਖੇ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਹੁਣ ਇਹਨਾਂ 'ਚ ਤਾਂ ਕੋਈ ਰਹਿ ਨਹੀਂ ਗਿਆ ਚੱਜ ਦਾ, ਤੁਸੀਂ ਟਾਸ ਹੀ ਪਾ ਦਿਓ। ਉਹ ਟਾਸ ਪਾ ਕੇ ਨਿਕਲਿਆ ਤਾਂ ਮੇਰੇ ਕੋਲ ਮੇਰਾ ਸਟੈਥੋਸਕੋਪ ਨਿਕਲਿਆ। ਇਹ ਉਹ ਔਜ਼ਾਰ ਆ ਜਿਹਦੇ ਨਾਲ ਅਸੀਂ ਬਿਮਾਰ ਮਰੀਜ਼ਾਂ ਦਾ ਇਲਾਜ ਕਰਦੇ ਹਾਂ, ਬਿਮਾਰੀ ਦੀ ਜਾਂਚ ਕਰਦੇ ਹਾਂ। ਹੁਣ ਪਰਮਾਤਮਾ ਨੇ ਇਹ ਹਥਿਆਰ ਮੈਨੂੰ ਦਿੱਤਾ ਹੈਗਾ ਕਿ ਇਸ ਚੋਣ ਦੇ ਵਿੱਚ ਇਹਦੇ ਨਾਲ ਮੈਂ ਜਿਹੜਾ ਭ੍ਰਿਸ਼ਟ ਤੰਤਰ ਹੈ, ਬਿਮਾਰ ਡੈਮੋਕ੍ਰੇਸੀ ਹੈ, ਉਹਦਾ ਇਲਾਜ ਕਰਾਂਗਾ। ਚੋਣ ਨਿਸ਼ਾਨ ਮੇਰਾ ਸਟੈਥੋਸਕੋਪ ਹੈ ਔਰ ਇਹ 23ਵੇਂ ਨੰਬਰ 'ਤੇ ਹੈ।
23ਵਾਂ ਨੰਬਰ ਵੀ ਇੱਕ ਬਹੁਤ ਵੱਡਾ ਅਹਿਮੀਅਤ ਰੱਖਦਾ ਜੀ ਜੀ ਠੀਕ ਹੈ ਜੀ ਅਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਮੈਨੂੰ ਇਸ ਸਟੈਥੋਸਕੋਪ ਚੋਣ ਨਿਸ਼ਾਨ 'ਤੇ ਜਿਹੜਾ 19 ਤਰੀਕ ਨੂੰ ਬਟਨ ਦਬਾ ਕੇ 23ਵੇਂ ਨੰਬਰ 'ਤੇ ਮੈਨੂੰ ਕਾਮਯਾਬ ਕਰਨਗੇ ਡਾਕਟਰ ਸਾਹਿਬ ਦੂਜੀ ਵੱਡੀ ਗੱਲ ਇੱਕ ਉਹ ਹੁੰਦੀ ਹੈ ਆਜ਼ਾਦ ਉਮੀਦਵਾਰ ਤਾਂ ਆਪਾਂ ਲੜਦੇ ਬਹੁਤ ਦੇਖੇ ਹਨ ਪਰ ਬਾਅਦ ਦੇ ਵਿੱਚ ਕਿਸ ਪਾਰਟੀ ਦੇ ਵਿੱਚ ਉਹ ਚਲੇ ਜਾਂਦੇ ਹਨ ਤੁਹਾਡਾ ਕੀ ਵਿਚਾਰ ਹੈ ਕਿੱਧਰ ਜਾਂਦੇ ਮੈਂ ਹਲਕਾ ਅਨੰਦਪੁਰ ਸਾਹਿਬ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੇ ਵਿਸ਼ਵਾਸ ਨਾਲ ਕੋਈ ਵਿਸ਼ਵਾਸਘਾਤ ਨਹੀਂ ਕਰਾਂਗਾ ਕਾਰਨ ਕੀ ਕਿ ਹਰ ਜਿਹੜੇ ਲੀਡਰ ਨੇ ਉਹਨਾਂ 'ਤੇ ਮਤਲਬ ਕਿ ਇਹੀ ਐਲੀਗੇਸ਼ਨ ਲੱਗਦੇ ਨੇ ਕਿ ਉਹ ਚੋਣਾਂ ਜਿੱਤ ਕੇ ਕਿਸੇ ਪਾਸੇ ਹੋਰ ਚੱਲ ਜਾਣ ਮੈਂ ਜਿੱਤਾਂਗਾ ਇੰਡੀਪੈਂਡੈਂਟ ਖੜ੍ਹਾ ਮੈਂ ਇੰਡੀਪੈਂਡੈਂਟ ਇਸ ਕਰਕੇ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਲੋਕਾਂ ਦੇ ਮੋਹ ਭੰਗ ਹੋ ਚੁੱਕੇ ਨੇ ਸਾਰਿਆਂ ਨੇ ਦੇਖਿਆ ਆਪਾਂ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਆਪਣੇ ਆਪਣੇ ਸਮਝੌਤੇ ਹੋਰ ਬਹੁਤ ਕੁਛ ਹੁੰਦੇ ਹੁਣ ਮੈਂ ਇਹ ਮਹਿਸੂਸ ਕੀਤਾ ਕਿ ਮੈਨੂੰ ਇੰਡੀਪੈਂਡੈਂਟ ਹੀ ਜਿਹੜਾ ਹੈਗਾ ਇਹ ਲੜਾਈ ਲੜਨੀ ਚਾਹੀਦੀ ਹੈ ਇੰਡੀਪੈਂਡੈਂਟ ਜਿੱਤਣ ਤੋਂ ਬਾਅਦ ਚਾਹੇ ਮੇਰਾ ਉੱਥੇ ਵਜ਼ੂਦ ਕੁਛ ਨਾ ਹੋਵੇ ਅਗਰ ਸਰਕਾਰ ਬਣਾਉਣ ਦੇ ਵਿੱਚ ਮੇਰੀ ਇੱਕ ਵੋਟ ਦੇ ਨਾਲ ਅਨੰਦਪੁਰ ਸਾਹਿਬ ਹਲਕੇ ਨੂੰ ਫਾਇਦਾ ਮਿਲਦਾ ਹੈ ਤਾਂ ਮੈਂ ਉਹੋ ਜਿਹਾ ਫੈਸਲਾ ਉਹ ਵੀ ਮੈਂ ਇਕੱਲਾ ਨਹੀਂ ਲਵਾਂਗਾ ਤੁਹਾਡੀ ਕਚਹਿਰੀ 'ਚ ਇਸੇ ਤਰ੍ਹਾਂ ਫਿਰ ਦੁਬਾਰਾ ਆਵਾਂਗਾ ਤੁਹਾਨੂੰ ਦੱਸਾਂਗਾ ਕਿ ਅਗਰ ਤੁਹਾਡਾ MP ਇਸ ਪਾਰਟੀ ਨੂੰ ਜਾਏਗਾ ਤਾਂ ਉਹਦਾ ਤੁਹਾਨੂੰ ਆਹ ਫਾਇਦਾ ਹੋਏਗਾ ਉਹ ਸਰਕਾਰ 'ਚ ਜਾਏਗਾ ਜਾਂ ਆਪੋਜੀਸ਼ਨ 'ਚ ਬੈਠੇਗਾ ਤੁਹਾਡੀ ਰਾਏ ਲੈ ਕੇ ਤੁਹਾਡਾ ਵਿਸ਼ਵਾਸਘਾਤ ਨਹੀਂ ਕਰਾਂਗਾ ਤੁਹਾਡੀ ਰਾਏ ਦੇ ਨਾਲ ਇਹ ਫੈਸਲਾ ਲਵਾਂਗਾ ਜੀ ਧੰਨਵਾਦ ਡਾਕਟਰ ਸਾਹਿਬ ਦੂਜੀ ਗੱਲ ਇਹ ਹੈ ਵੀ ਜਿਹੜੇ ਨਸ਼ਿਆਂ ਦੀ ਗੱਲ ਆਪਾਂ ਕਰਦੇ ਸੀਗੇ ਉਹ ਮੇਨ ਮੁੱਦਾ ਤਾਂ ਨਸ਼ਿਆਂ 'ਤੇ ਹੀ ਹੈ ਜਿਹੜਾ ਤੁਹਾਡਾ ਚੋਣ ਲੜਨ ਦਾ ਮੇਨ ਵੀ ਜ਼ਿਆਦਾ ਨਸ਼ਿਆਂ 'ਤੇ ਹੀ ਹੈ ਲੇਕਿਨ ਜਿਹੜੇ ਦੂਜੇ ਨਸ਼ੇ ਬੱਚੇ ਕਰ ਰਹੇ ਉਹਨਾਂ ਨਾਲ ਕਿੰਨੇ ਕਿਆ ਫਰਕ ਪੈ ਰਿਹਾ ਜ਼ਿਆਦਾ ਦੇਖੋ ਜਿਹੜੀਆਂ ਗੋਲੀਆਂ ਨੇ ਦਵਾਈਆਂ ਨੇ ਸਿੰਥੈਟਿਕ ਨਸ਼ੇ ਨੇ ਇਹਨਾਂ ਦੇ ਨਾਲ ਜਵਾਨੀ ਦਾ ਘਾਣ ਹੋ ਰਿਹਾ ਔਰ ਇਨਫਰਟੀਲਿਟੀ ਹੋ ਰਹੀ ਹੈ ਸਪਰਮੀਸਾਈਡਲ ਨੇ ਗੋਲੀਆਂ ਸ਼ੁਕਰਾਣੂ ਮਰ ਜਾਂਦੇ ਨੇ ਔਰ ਗੁਰਦਿਆਂ 'ਤੇ ਅਸਰ ਪੈਂਦਾ ਪਰਿਵਾਰ ਟੁੱਟਦੇ ਨੇ ਜਦੋਂ ਰਿਸ਼ਤੇ ਜਿਹੜੇ ਨੇ ਉਹ ਬੱਚੇ ਨਿਪੁੰਸਕ ਹੋ ਜਾਂਦੇ ਨੇ ਆਪਸ 'ਚ ਜਿਹੜਾ ਹੈਗਾ ਪਿਆਰ ਖਤਮ ਹੁੰਦਾ ਅਤੇ ਰਿਸ਼ਤੇ ਖਰਾਬ ਹੁੰਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਮਾਜਿਕ ਤੌਰ 'ਤੇ ਬਹੁਤ ਵੱਡੀਆਂ ਇੱਕ ਸਮੱਸਿਆਵਾਂ ਨੇ ਜਿਨ੍ਹਾਂ ਦਾ ਹੱਲ ਕੱਢਣ ਦੀ ਖਾਤਰ ਜ਼ਰੂਰੀ ਹੈ ਕਿ ਉਹਨਾਂ ਨੂੰ ਰਵਾਇਤੀ ਚੀਜ਼ਾਂ ਖਸਖਸ ਹੋ ਗਈ ਅਫੀਮ ਭੁੱਕੀ ਹੋ ਗਈ ਆਪਾਂ ਪਹਿਲਾਂ ਦੇਖਦੇ ਸੀ ਸਾਡੇ ਬਜ਼ੁਰਗ ਪੁਰਾਣੇ ਨਸ਼ੇ ਰਵਾਇਤੀ ਕਰਦੇ ਸਨ ਅਤੇ ਉਹਨਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਮੈਂ ਇਹ ਨਹੀਂ ਕਹਿੰਦਾ ਕਿ ਨਸ਼ਿਆਂ 'ਤੇ ਲਾਇਆ ਜਾਵੇ ਮੈਂ ਇਹ ਕਹਿੰਦਾ ਕਿ ਅਗਰ ਸਿੰਥੈਟਿਕ ਨਸ਼ਿਆਂ ਤੋਂ ਬੱਚਿਆਂ ਨੂੰ ਉਤਾਰਨਾ ਤਾਂ ਉਹਨਾਂ ਨੂੰ ਰਵਾਇਤੀ ਚੀਜ਼ਾਂ ਹਰਬਲ ਡਰੱਗਸ ਦੇ ਨਾਲ ਇਹਨਾਂ ਖਸਖਸ ਵਰਗੀਆਂ ਭੁੱਕੀ ਵਰਗੀਆਂ ਅਫੀਮ ਵਰਗੀਆਂ ਜਿਹੜੀਆਂ ਇਹਨਾਂ ਨੂੰ ਦਵਾਈ ਦੇ ਰੂਪ ਦੇ ਵਿੱਚ ਦੇ ਕੇ ਉਹਨਾਂ ਨੂੰ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਰੀਹੈਬਲੀਟੇਟ ਕੀਤਾ ਜਾ ਸਕਦਾ ਅਤੇ ਡਾਕਟਰ ਸਾਹਿਬ ਦੂਜੀ ਗੱਲ ਹੈ ਜੇ ਇਹ ਜਿਸ ਤਰ੍ਹਾਂ ਦੇ ਹੋਰ ਕਈ ਸਟੇਟਾਂ ਦੇ ਵਿੱਚ ਖੁੱਲ੍ਹਾ ਇਸ ਖਸਖਸ ਦੀ ਅਤੇ ਜੇ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਮਿਲਦੀ ਹੈ ਉਹ ਤਾਂ ਕਿਸਾਨਾਂ ਤੋਂ ਕੋਈ ਫਰਕ ਪਵੇਗਾ ਬਿਲਕੁਲ ਬਿਲਕੁਲ ਕਿਸਾਨ ਖੁਸ਼ਹਾਲ ਹੋ ਜਾਏਗਾ ਕਿਸਾਨ ਦੀ ਜਿਹੜੀ ਫਸਲ ਆ ਉਹਦੀ ਵੈਲਿਊ ਵੱਧ ਜਾਏਗੀ ਔਰ ਇਹ ਜਿਹੜੇ ਮੈਡੀਸੀਨਲ ਪਲਾਂਟਸ ਨੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਕਿ ਖੇਤੀ ਜਿਹੜੀ ਆ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਜ਼ਰੂਰੀ ਨਹੀਂ ਕਿ ਅਸੀਂ ਝੋਨਾ ਅਤੇ ਕਣਕ ਦੇ ਚੱਕਰ 'ਚ ਫਸੇ ਰਹੀਏ ਔਰਗੈਨਿਕ ਚੀਜ਼ਾਂ ਨੇ ਉਹਨਾਂ ਵੱਲ ਸਾਡਾ ਧਿਆਨ ਦੇਣਾ ਚਾਹੀਦਾ ਸਾਨੂੰ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਨਾਲ ਤਾਂ ਹੋਰ ਵੀ ਬਹੁਤ ਇੰਪਰੂਵਮੈਂਟ ਹੋ ਸਕਦੀ ਹੈ ਸਾਡਾ ਕਿਸਾਨ ਵੀ ਖੁਸ਼ਹਾਲ ਔਰ ਸਾਡੀ ਸਿਹਤ ਵੀ ਠੀਕ ਔਰ ਸਾਡੇ ਬੱਚੇ ਵੀ ਸੁਰੱਖਿਅਤ ਬਹੁਤ ਇਹਦੇ ਫਾਇਦੇ ਨੇ ਜੀ ਦੋਸਤੋ ਇਹ ਸਨ ਡਾਕਟਰ ਮਨਜੀਤ ਸਿੰਘ ਰਾਣੂ ਜੀ ਕੱਟ ਕਰੋ ਦੋਸਤੋ ਇਹ ਸਨ ਡਾਕਟਰ ਪਰਮਜੀਤ ਸਿੰਘ ਰਾਣੂ ਜੀ ਜਿਨ੍ਹਾਂ ਨੇ ਆਪਣੇ ਬਾਰੇ ਦੱਸਿਆ ਅਤੇ ਦੱਸਿਆ ਕਿ ਨਿਆਂ ਬੱਚੇ ਅੱਜ ਦੇ ਜਿਹੜੇ ਨਸ਼ਿਆਂ 'ਤੇ ਲੱਗੇ ਹੋਏ ਹਨ ਉਹ ਨਸ਼ੇ ਖਾਣ ਦੇ ਨਾਲ ਉਹਨਾਂ 'ਤੇ ਕਿਹੜੇ ਕਿਹੜੇ ਇਫੈਕਟ ਪੈ ਰਹੇ ਹਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਨ ਦੇ ਵਿੱਚ ਬਿਲਕੁਲ ਇਹ ਕਸਰ ਨਹੀਂ ਛੱਡਣਗੇ ਅਤੇ ਇਹਨਾਂ ਦਾ ਚੋਣ ਨਿਸ਼ਾਨ ਹੈਗਾ ਸਟੈਥੋਸਕੋਪ ਜੋ ਕਿ ਡਾਕਟਰ ਦੀ ਪੇਸ਼ੇ ਦੇ ਵਿੱਚ ਜਿਹੜਾ ਦਵਾਈਆਂ ਦੀ ਜਿਹੜੇ ਬਿਮਾਰੀਆਂ ਨੂੰ ਪਕੜਨ ਵਾਸਤੇ ਵਰਤਿਆ ਜਾਂਦਾ ਹੈ ਅਤੇ ਇਹ ਵੀ ਇਸ ਸਟੈਥੋਸਕੋਪ ਦੇ ਜ਼ਰੀਏ ਲੋਕਾਂ ਦੇ ਵਿੱਚ ਜਾਣਗੇ ਅਤੇ ਲੋਕਾਂ ਦੇ ਦੁੱਖ ਦੂਰ ਕਰਨਗੇ ਧੰਨਵਾਦ ਜੀ